ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਦੀ ਸਮੱਸਿਆ ਦੂਰ ਹੋਣ ਦਾ ਨਾਮ ਹੀ ਨਹੀਂ ਲੈ ਰਹੀ। ਸੂਬੇ ਦੀਆਂ ਮੰਡੀਆਂ ਵਿੱਚ ਲਿਫਟਿੰਗ ਦੀ ਮੱਠੀ ਰਫ਼ਤਾਰ ਨੇ ਆੜ੍ਹਤੀਆਂ ਦੇ ਚਿਹਰਿਆਂ ਤੇ ਤਰੇਲੀਆਂ ਲਿਆ ਦਿੱਤੀਆਂ ਨੇ। ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਗੁਰਦਾਸਪੁਰ ਦੀ ਅਨਾਜ ਮੰਡੀ ਵਿੱਚ, ਜਿੱਥੇ ਕਣਕ ਦੀਆਂ ਤਕਰੀਬਨ 1,50,000 ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਨੇ। ਇਸੇ ਤਰੀਕੇ ਕਲਾਨੌਰ ਦੀਆਂ ਮੰਡੀਆਂ ਵਿੱਚ ਵੀ ਬੋਰੀਆਂ ਦੇ ਅੰਬਾਰ ਲੱਗੇ ਪਏ ਨੇ। ਮਾਮਲੇ ਸੰਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਏਪੀ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਹੋਈ ਬਰਸਾਤ ਦੇ ਚਲਦਿਆਂ ਲਿਫਟਿੰਗ ਦੇ ਕਾਰਜ ਵਿੱਚ ਦਿੱਕਤ ਆ ਰਹੀ ਸੀ, ਜਿਸ ਨੂੰ ਜਲਦ ਹੀ ਦੂਰ ਕਰ ਲਿਆ ਜਾਵੇਗਾ। ਕੱਲ ਸ਼ਾਮ ਤੱਕ 2,18,000 ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜਿਹਦੇ 'ਚੋਂ ਅਸੀਂ 2,02,000 ਟਨ ਖਰੀਦ ਚੁੱਕੇ ਹਾਂ ਅਤੇ ਪਿਛਲੇ ਸਾਲ ਇਸੇ ਦਿਨ 3,55,000 ਟਨ ਆਮਦ ਹੋ ਚੁੱਕੀ ਸੀ, ਜਿਹੜੀ ਕਿ ਇਸ ਸਾਲ ਦੇ ਮੁਕਾਬਲੇ 1,37,000 ਟਨ ਦੇ ਕਰੀਬ ਜ਼ਿਆਦਾ ਹੈ। ਉਹਦਾ ਕਾਰਨ ਇਹ ਹੈ ਕਿ ਗੁਰਦਾਸਪੁਰ ਦੇ ਵਿੱਚ ਪਿਛਲੇ 2-3 ਦਿਨਾਂ ਤੋਂ ਬਹੁਤ ਮੀਂਹ ਪਿਆ ਹੈ, ਦਿਨ ਨੂੰ ਵੀ ਰਾਤ ਨੂੰ ਵੀ ਕਾਫੀ ਮੀਂਹ ਪਿਆ ਹੈ। ਸਾਡਾ ਜਿਹੜਾ ਲਿਫਟਿੰਗ ਦਾ ਕੰਮ ਆ ਉਹ ਸਭ ਤੋਂ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਤਾਂ ਇਸ ਬਾਰਿਸ਼ ਦੇ ਕਰਕੇ ਪ੍ਰਭਾਵਿਤ ਹੋਇਆ। ਪੂਰੇ ਸਾਧਨ ਲਾਏ ਜਾ ਰਹੇ ਹਨ, ਕੱਲ੍ਹ ਸਾਰੇ ਦਿਨ ਦੇ ਵਿੱਚ ਅਸੀਂ ਤਕਰੀਬਨ 20,000 ਟਨ ਦੇ ਕਰੀਬ ਲਿਫਟ ਕੀਤੀ ਹੈ ਅਤੇ ਪਿਕਅਪ ਕਰ ਰਿਹਾ। ਧੁੱਪ ਅੱਜ ਚੜ੍ਹੀ ਹੈ, ਪੂਰੀ ਵਧੀਆ ਹਵਾ ਚੱਲ ਰਹੀ ਹੈ ਅਤੇ ਇਹਦੇ ਨਾਲ ਮੋਇਸਚਰ ਜਿਹੜਾ ਕੰਟੈਂਟ ਆ ਉਹ ਉੱਡ ਗਿਆ ਹੈ ਅਤੇ ਕੰਮ ਤੁਰ ਪਿਆ।